अस्सलाम वालेकुम जी, क्या हाल चाल है? तबीयत से ठीक है? मैं हाँ बहादुर शेर सावरी और आप मेरा यूट्यूब चैनल देख रहे हैं बख्तू फैमिली व्लॉग। तो चैनल नंबर सब्सक्राइब वाला शुरमजदार न्यू वीडियो। सुबह सुबह तो टाइम है 11 बज गए अस जना हूँ वीडियो स्टार्ट कर लिया है। हाँ मानी, हाँ जी शुक्र अल्हम्दुलिल्लाह, हाँ जी रब्बे आलमीन ने आज अल्लाह पाक ने हवा छड़ी है। ओए मैं तो ए यम शुक्र शुक्र कर। और जी आज ना 11 मुहर्रम अलराम है। ਹਾਲ ਇੰਨੀ ਇੱਕ ਨਾ ਤਾ ਨਾ ਕਿ ਜਿੰਦਾ ਹਿਸਾਬ ਨਹੀਂ, ਇੰਨਾ ਵੱਟ ਮਰੋੜਾ ਅਤੇ ਅੱਲਾ ਨੇ ਅੱਜ ਰਹਿਮਤ ਕੋਈ 8-1 ਵਜੇ ਕੋਲ 9 ਵਜੇ ਕੋਲ ਕਰ ਦਿੱਤੀ। ਹਾਂਜੀ ਸੁਬਹ ਸੁਬਹ ਇੱਧਰ ਜਾਣਾ, ਬੱਦਲ ਕਬ ਸਰ ਆਇਆ ਲੇਕਿਨ ਬੱਦਲ ਨਾ ਵਸਿਆ ਨਹੀਂ ਹੈ, ਅੱਗਾ ਹੀ ਲੱਗ ਗਿਆ। ਅਸੀਂ ਅਗਰ ਵਸ ਜਾਣਾ ਕੰਮ ਚੰਗਾ ਸੋ ਕੁਛ ਅਸੀਂ ਠੱਡੇ ਹੋ ਜਾਂਦੇ, ਲੇਕਿਨ ਅੱਲਾ ਤਾਲਾ ਦਾ ਸ਼ੁਕਰ ਹੈ ਹਵਾ ਬੜੀ ਪਿਆਰੀ ਪਿਆਰੀ ਚੱਲੀ ਹੋਈ। ਔਰ ਜੇ ਅੱਜ ਜਾਣਾ ਤਕਰੀਬਨ 12 GT 12ਵੀਂ ਸ਼ਰੀਫ ਦੇ ਸੀ, ਜਿਹੜਾ ਲੰਗਰ ਸ਼ਿੰਗਰ ਨੇ ਖਾਇਆ ਵੀ ਹੈ, ਚੱਖਿਆ ਵੀ ਹੈ, ਮਜ਼ੇ ਕਰ ਰਿਹਾ ਵੀ ਹੈ, ਕਿਉਂ ਜਾ ਹਵਾ ਚਲੀ ਖੜੀ ਹੈ, ਗਰਮੀ ਘੱਟ ਹੈ, ਤਾਂ ਮੈਂ ਕਿਹਾ ਟੁਰ ਕਰ ਲੈਂਦੀ ਹਾਂ ਸਾਰਾ। ਉਹਨੇ ਜਾਣਾ ਕਿ ਜੱਠ ਹਰ ਦਿਨ ਨਿਕਲਣਾ? ਮੈਂ ਤਾਂ ਸਲਾਹ ਉਹਨੇ ਨਹੀਂ, ਜੱਠ ਹਰ ਕਰੋ ਨਿਕਲਣਾ, ਇਹ ਨਹੀਂ ਆਪਾਂ ਜਲਦੀ ਕਹਿ ਦੀ, ਠੀਕ ਹੈ ਹੈਂ ਠੀਕ ਹੈ। ਪਹਿਲਾਂ ਤਾਂ ਜੀ ਤੰਦੂਰ ਕੱਜਣੇ ਆ, ਤਕਰੀਬਨ ਬਾਰਿਸ਼ ਦਾ ਮੌਸਮ ਹੈ ਅਤੇ ਅਸੀਂ ਜਾਣਾ, ਅਤੇ ਬਾਅਦ 'ਚ ਕਿਸੇ ਟਾਈਮ ਜਿਹੜੀ ਬਾਰਿਸ਼ ਨਾ ਉਹ ਆ ਸਕਦੀ ਹੈ, ਅਤੇ ਇਸ ਵਜ੍ਹਾ ਫਿਰ ਜਿਹੜਾ ਇਹ ਜਿਹੜਾ ਲਾਜ਼ਮਨ ਕਰਨਾ ਪੈਣਾ। ਬਾਹਰੋਂ ਜਿਹੜਾ ਛਾਪਰ ਅੰਮੀ ਜਾਨ ਜਿਹੜਾ ਹੋਰ ਲੈ ਕੇ ਆਈਏ, ਤਕਰੀਬਨ ਛੱਡ ਜਾਣੇ ਗੁਆਂਢੀ ਨਾ ਉਹਨਾਂ ਦਿੱਤੇ ਸਨ ਛਲੀਆਂ ਅਤੇ ਢਲੀਆਂ ਨੇ ਚਾਹ, ਅਤੇ ਉਸ ਤੋਂ ਬਾਅਦ ਮੁੜ ਜਿਹੜਾ ਛਾਪਰ ਹੈ ਨਾ ਉਹ ਬਿਲਕੁਲ ਖਾਲੀ ਹੈ, ਉੱਥੋਂ ਅਸੀਂ ਜਿਹੜਾ ਪਾੜ ਪਾੜ ਕੇ ਲੈ ਆਉਂਦੇ ਹਾਂ, ਅਸੀਂ ਅੱਗ ਵੀ ਉਹਦੇ ਨਾਲ ਮਚਾ ਲੈਂਦੇ ਹਾਂ ਉੱਤੇ ਤੰਦੂਰੀ ਦੇ ਦੇ ਲੈਂਦੇ ਹਾਂ। ਤੰਦੂਰ ਦੀ ਹਿਫਾਜ਼ਤਾਂ ਵੇਖ ਲਓ ਨਹੀਂ ਪਈਆਂ ਨੇ ਕਿ ਤੰਦੂਰ ਭੇਜੇ ਨਾ ਹੈਂ ਕਿਆ ਸਾਹਿਬ ਜੀ, ਰੋਟੀਆਂ ਕਿਤੇ ਲਾਉਣੀਆਂ ਵੇਖ ਲਓ। ਕਿ ਅੰਮਾ ਕਿੰਨੀਆਂ ਜਹਿਤਾਂ ਕਰ ਰਹੀ ਹੈ, ਇੰਨੀ ਜਹਿਤ ਤੰਦੂਰ ਨੂੰ ਕੱਜਣ ਦੀ, ਹਾਏ ਹਾਏ ਇੰਨੀ ਲਗਨ ਤੰਦੂਰ ਨਾਲ ਟਾਇਰ ਜਿੰਨਾ ਗਈ ਚਲੀਏ। ਆਹ ਜੁੰਜ ਅੱਲਾ ਦੇ ਪੱਖੇ ਜਿੰਨਾ ਬੜੇ ਚੱਲੇ ਖੜੇ ਨੇ ਸਕੂਨ ਨਾਲ, ਹੈ ਹਾਏ ਹਾਏ ਮਜ਼ਾ ਆ ਗਿਆ ਮਜ਼ਾ। ਮੈਂ ਕਿਹਾ ਵੀ ਜਿਹੜਾ ਸ਼ਿਕਵੰਜੀ ਉਹ ਪੀ ਰਹੀ ਹੈ, ਕਿਉਂਕਿ ਜਿਹੜਾ ਬਲੱਡ ਹੈ ਨਾ ਬਲੱਡ ਪ੍ਰੈਸ਼ਰ ਇਹ ਬਿਲਕੁਲ ਲੋਅ ਆ ਪਿਆ, ਨਮਕ ਪੀਂਦੇ ਹਾਂ ਕੁਛ ਸੈੱਟ ਹੁੰਦੇ ਹਾਂ, ਨਿਮਕ ਵਿੱਚ ਨਿੰਬੂ ਨਿਚੋੜ ਕੇ ਨਾ, ਹਾਂਜੀ ਨਿਮਕ ਵਾਲੀ ਸ਼ਿਕੰਜਵੀ ਕਰਕੇ ਪੀ ਲਵੇ, ਹਾਂਜੀ ਬਲੱਡ ਪੂਰਾ ਹੋ। ਅੱਛਾ ਜੀ ਗਟਿਆ ਠੀਕ ਹੈ ਜੀ, ਵਧਿਆ ਨਹੀਂ। ਅਸੀਂ ਅੱਜ ਹੀ ਬਾਹਰ ਹੀ ਬੈਠੇ ਹਾਂ, ਅਜੇ ਤੱਕ ਜੇ ਲਾਈਟ ਨਾ ਉਹ ਕੋਈ ਆਈ, ਨਮਕ ਪਹਿਲੇ ਅੰਮ ਜਾਨ ਪਾ ਲਿਆ, ਨਿੰਬੂ ਜਿੰਨਾ ਹਮਸਾਇਆ ਮੈਨੂੰ ਜਿਹੜਾ ਮੰਗ ਕੇ ਲੈ ਆਈਏ, ਉਹਨਾਂ ਨੇ ਕਿਹਾ ਉਹਨਾਂ ਘਰੇ ਬੂਟਾ ਹੈਗਾ ਸੀ ਅਤੇ ਇੱਕ ਜਿਹੜਾ ਉੱਥੋਂ ਤੋੜ ਕੇ ਲਿਆਈ, ਮੈਨੂੰ ਫਿਰ ਮੈਂ ਕਰਨਾ ਥੋੜ੍ਹਾ ਜੀ ਜ਼ੋਰ ਨਹੀਂ ਰਹਿੰਦਾ, ਮੈਂ ਜੰਮਿਆ ਬਸਤਾ ਜੀ ਇਹਨੂੰ ਬਰਫ਼ ਲੱਗੀ, ਪਾਣੀ ਬਣਾ ਕੇ ਪੀ ਲਿਆ ਅਤੇ ਆਇਆ ਅੱਧਾ ਪਿਆ, ਚਲੋ ਕੋਰੇ ਇਹਨੂੰ ਫਾ ਪਿਆ ਇਹਨੂੰ, ਇਹ ਪਤਾ ਨਹੀਂ ਕੀ ਬਣਿਆ ਪਿਆ, ਆਪੜੋ ਇਹ ਫਰਿੱਜ ਪਿਆ ਰਹਿਣ ਦਾ ਇਹ ਵਿੱਚ ਰੱਖ, ਚਲੋ ਜੀ ਬਸ ਕਰੋ। ਜੀ ਮਾਸ਼ਾ ਅੱਲਾ ਪੀਣਾ ਚਾਹੁੰਦੇ ਤੇ ਆਓ, ਨਮਕ ਵਾਲੀ ਸ਼ਿਕਵੰਜੀ ਸਤਿ ਸ਼੍ਰੀ ਅਕਾਲ, ਕਿ 4 ਰੁਪਏ ਜਿੰਨਾ ਇੱਥੇ ਲਿਆ ਇੱਥੇ ਜਿੰਨਾ ਸਕੂਨ ਨਾਲ ਬਹਿੰਦੇ ਹੈ ਅੰਮੀ ਜਾਂ ਜਿੰਨਾ, ਹੁਣ 4 ਰੁਪਏ ਜਿੰਨਾ ਅੰਦਰੋਂ ਕਮਰੇ ਕੱਢ ਕੇ ਲੈ ਕੇ ਆ ਰਹੀ ਹੈ। ਮੂੰਹ ਹਜ਼ਰਾਤ ਦੇ ਕੰਮ ਦੇਖ ਲਓ ਕਿ ਆਪਣਾ ਜਿਹੜਾ ਨਾ ਘਰ ਬਣਾ ਰਹੇ ਨੇ ਹੈਂ, ਇਹਨਾਂ ਦੇ ਕੰਮ ਦੇਖ ਲਓ ਕਿ ਉਹ ਕਿਸ ਡਿਜ਼ਾਇਨ ਨਾਲ ਬਣਾ ਰਹੇ ਨੇ, ਇਹਨਾਂ ਨੂੰ ਮੈਂ ਬਚਾਉਣਾ ਇੱਕ ਮਿੰਟ ਟੈਨਸ਼ਨ ਨਾਲ।
लड़ जैसे नहीं गए जा रहे यार अल्लाह खैर के अब नहीं हटा दे जा नहीं आ तू पानी गरम करके बगसा याग लुसा कुछ फीमेल है और कुछ मेल है किधर है आइन पर आनो गए ना पाट लेना ही मोना अच्छा ये अपन नहीं छेड़ दे ना अभी अम्मी जाने मना करता है इन्हें उन्हें छेड़ना अगे तो मेरी नज़र को नहीं पई लेकिन नज़र हो पई है दे मुझे घर में मिटाऊ सा लेकिन अम्मा ने करता मैंने उन्हें कहा ना पुत्र खले रहा गरीब अपना की लेंदे मैं चलो ठीक है मैं जाने खले रहा मैं ठीक है मैं ठीक है बस ठीक है और कुछ नहीं कपड़े शपड़े पा के रेडी शेडी हो गए तैयार हो गया बख्तू हाय 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 हूँ जी जाने गए अलहमद ला लो तो चलिए माशाल्लाह जी दो ढोल हो गए ने एक तक खाली है लेकिन दूजा देना दुद्ध भरिया है माशाल्लाह जी तो खाना एक मिनट किन्ना है माशाल्लाह जी उबलिया है दुद्ध आया है ये जी साडा नहीं है यानी कि साढ़े जो हमसाय ना इन्होंने फड़ाया भी जाने के उतने ले जाओ बारहवीं तक असं क्या चलो ठीक है कोई मसला नहीं असं लै जाने नौकर की रख रखी दरवाज़ा मैं आप ही खोलना खुद अम्मी जान नहीं तकल्लुफ च पाते अम्मी फिर बुढ़ा बंदा अम्मी फिर जन्ना एक कमज़ोर है तो फिर जन्ना उन्दी कोई इन्ना कम भी लग गया अगला काम करने भी छड़ जाए हौली हौली काम लिया पहले चलते हैं जी मौके उस तो बाद फिर जावे अगे बारह जी पेट्रोल वगैरह पवा के अपनी मंजिल जन्ना हम जा रहे हैं एक घर रब का ते दूजा घर यार रब वल जाइए ते सामने बच्चों के काम देखो मछियां पकड़ रहे हैं देख लो मुझे आने कैसा दौर आ गया अल्हम्दुलिल्लाह कुछ साफ पक्की आ गई है पिछा तो जम पी जन्ने आके बेहोश होने लग पे अल्हम्दुलिल्लाह मंजिल के नज़दीक जन्ना पहुँच गए हैं मैं किकरी वाले हाँ लग गया पता किकरी वाले को की हाल ਵਾਲੀ ਵਾਲਾ ਦੁਆਰਾ ਸਲਾਮ ਲੈ ਗਿਆ ਕੀ ਵੜ ਗਿਆ ਥੱਲੇ ਬੈਠ ਚਿਰਰ ਜੀ ਪੈ ਰਹੀ ਹੈ ਪਾਣੀ ਆ ਜਾਣਾ ਛੱਟਾ ਮਾਰ ਲੈ ਜੀ ਪਿੱਛੇ ਉਹ ਨਹੀਂ ਨਹੀਂ ਹੈ ਪਾਣੀ ਸੁੱਕਲੇ ਪਾਸੇ ਵੇਖ ਪੈਂਦੀ ਪਈ ਯਾਨੀ ਕਿ ਉਹ ਕੋਈ ਚੱਕ ਵੜ ਗਈ ਉਹਨੇ ਚੱਕ ਵੜ ਗਈ ਉਹਨੇ ਜਿੱਗ ਜਾਈ ਜਿੱਗੋਰੀ ਆਈ औलाद वड्डी हो गई बुढ़े हो गए रह गए औलाद जिहड़ी आई बांध के रख छड्डे काम करदे बुढ़े मर गए ওয়ালাকাজ
بِبَصَابِ حَوَجَلَ حَرَجُ بَلِشَاتِ دِوَا تَدْنَا لَوْمَذَا بَصَائِ وَلِلَّذِينَ كَفَرُوا بِرَبِّهِمْ عَذَابُ جَهَنَّمَ وَبِئْسَ الْمَصِيرُ إِذَا أُلْقُوا فِيهَا سَمِعُوا لَهَا شَيْئًا وَهِيَ تَفُورُ تَكَادُ تَمَيَّزُ مِنَ الْغَيْظِ كلما ألقي فيها فوج سألهم خزنتها قسم لے آیا ہوں تیرے باغ میں پانی پلا مجھ کو پیاسا ہوں تیری دید کا سینے لگا جتے آیا گلا جوڑے تو بھی انو مل میں کھا لیا لیکن اج تک جانا گھر جانا ایک بار بیٹھے ایتھے کوئی دو تین گھنٹے تک نا گھر جانا ہے شام ہو رہی ہے اور اج میں شک پہ میری ویڈیو جانا چیک کر لیں الحمدللہ جی الحمدللہ اتھے لے لی اجازت ہوں جانا جانے پہ گھر میں کیا بھی جانا بالکل جڑا ٹائم ہے نا تقریباً شام دا کھلا ہے تو گھر جا کے جڑی ویڈیو نا ریکارڈ کریں گے کیونکہ سارا جا راستہ نا وہ بالکل کچا اور ڈینجرس جائے گا کام خراب ہو رہا ہے اللہ پاک زیادہ تو زیادہ عطا فرمائے سن دگنی رات سن ترقی عطا فرمائے آمین ماشاءاللہ ماشاءاللہ میں آج جمعہ جمعہ رات ہے بھائی ہاں میں گیا سودا لگا لگو آئی ہے نے تھی شادی ہے ہاں جی نال ایک بار ڈکی پہ اٹھا ہے بات کی ویڈیو میں نیٹ تے چلانے کی کہہ رہے ہیں بابا محمد صادق